ਜਸ ਗੱਲ ਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਤਿਆਰ ਹੋ ਜਾਓ ਗੱਲਬਾਤ ਕਰਨ ਵਾਸਤੇ। ਬੜੀਆਂ ਸਾਰੀਆਂ ਗੱਲਾਂ ਮੇਰੇ ਤੱਕ ਪਹੁੰਚਦੀਆਂ ਨੇ ਔਰ ਕਈ ਵਾਕਈ ਹਿਲਾ ਕੇ ਰੱਖ ਦਿੰਦੀਆਂ ਨੇ। ਠੀਕ ਹੈ, ਅੱਜ ਜਿਹੜੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ, ਕੋਈ ਜ਼ਰੂਰੀ ਨਹੀਂ ਹੈ ਕਿ ਬਹੁਤ ਰੇਅਰ ਹੈ, ਅਫਸੋਸ ਦੀ ਗੱਲ ਹੈ ਕਿ ਕਾਮਨ ਹੈ, ਹੋ ਜਾਂਦਾ ਹੈ। ਪਰ ਜਿੰਨਾ ਪੇਨ ਇਨਵੋਲਵਡ ਹੈ ਉਹ ਜਦੋਂ ਜਦੋਂ ਕਿਸੇ ਜੇ ਉਹ ਸਫ਼ਰ ਕਰ ਰਿਹਾ ਹੁੰਦਾ ਉਹਦੇ ਨਾਲ ਗੱਲ ਕਰਕੇ ਉਹ ਪੇਨ ਪਹੁੰਚਦੀ ਹੈ ਮੇਰੇ ਤੱਕ, ਵਿਚ ਇਜ਼ ਸੋ ਹਾਰਡ। ਕਿਉਂਕਿ ਜੋ ਅੱਜ ਅਸੀਂ ਜਿਹਦੇ ਬਾਰੇ ਗੱਲ ਕਰ ਰਹੇ ਹਾਂ, ਇੱਕ ਯੰਗ ਮੋਮ ਹੈ, ਯੰਗ ਵਾਈਫ ਹੈ, ਸਿੱਧਾ ਹੀ ਫੋਨ ਕੀਤਾ ਉਹਨਾਂ ਨੇ ਔਰ ਸਿੱਧਾ ਕਿਹਾ ਕਿ ਪਲੀਜ਼ ਮੈਨੂੰ ਦੱਸੋ ਮੈਂ ਕੀ ਕਰਾਂ। ਸੋ ਬੜੀ ਇਮੀਜੀਏਟ ਪ੍ਰੋਬਲਮ ਹੈ, ਹਾਲ ਹੀ ਦੇ ਵਿੱਚ ਉਹਨੇ ਐਕਸਪੀਰੀਅੰਸ ਕੀਤੀ ਹੈ ਐਂਡ ਆਈ ਕੁਡ ਫੀਲ ਦ ਪੇਨ। ਇਟਸ ਸੋ ਹਾਰਡ। ਜਿਵੇਂ ਅਸੀਂ ਪਿਛਲੇ ਦਿਨਾਂ 'ਚ ਫਰਸਟ੍ਰੇਸ਼ਨ ਕਰ ਰਹੇ ਸੀਗੇ, ਆਈ ਰੀਅਲੀ ਫੇਲਡ ਦੈਟ ਫਰਸਟ੍ਰੇਸ਼ਨ ਕਿ ਕੁਛ ਉਸ ਵੇਲੇ ਦਿਲ ਇੰਝ ਕਰਦਾ ਹੈ ਕਿ ਕੋਈ ਐਸੀ ਚੀਜ਼ ਹੋਏ ਤੁਹਾਡੇ ਹੱਥ ਵਿੱਚ ਜਿਹੜਾ ਤੁਸੀਂ ਇਨਸਾਨ ਦੀ ਪੇਨ ਘਟਾ ਸਕੋ। ਪਰ ਵੀ ਆਲ ਨੋ ਕਿ ਐਸਾ ਕੁਛ ਨਹੀਂ ਹੈ ਜਿਹੜਾ ਕਿ ਦੂਸਰੇ ਦੇ ਹੱਥ ਵਿੱਚ ਹੋਏ। ਸੋ ਪਰ ਮੈਂ ਆਪਣੀ ਸਟੇਟ ਆਫ ਮਾਇੰਡ, ਆਪਣੀ ਸਟੇਟ ਤੁਹਾਡੇ ਨਾਲ, ਆਪਣੀ ਸਥਿਤੀ ਸ਼ੇਅਰ ਕਰ ਰਹੀ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਫੋਨ ਆਉਂਦਾ ਹੈ ਜਾਂ ਕੋਈ ਗੱਲ ਸ਼ੇਅਰ ਕਰਦਾ, ਬੜਾ ਮਤਲਬ ਇੰਝ ਲੱਗਦਾ ਕੋਈ ਮੈਜਿਕ ਵਾਂਡ ਹੋਏ ਮੇਰੇ ਹੱਥ ਵਿੱਚ ਔਰ ਮੈਂ ਉਹਨਾਂ ਦੀ ਜਿਹੜਾ ਦਰਦ ਹੈ ਉਹ ਮੁਕਾ ਦਾਂ। ਬਟ ਚਲੋ, ਇਹ ਵੀ ਅੱਛਾ ਹੈ ਕਿ ਕੋਈ ਇਹ ਸੋਚ ਰਿਹਾ ਕਿ ਗੱਲਬਾਤ ਦੇ ਪਰਿਵਾਰ ਨਾਲ ਸ਼ੇਅਰ ਕਰਕੇ ਸ਼ਾਇਦ ਉਹਨਾਂ ਨੂੰ ਕੋਈ ਸੋਲਿਊਸ਼ਨ ਮਿਲੇ। ਬਿਲਕੁਲ ਇਮੀਜੀਏਟ ਇਸ਼ੂ ਹੈ। ਸੋ ਪਲੀਜ਼ ਸਾਰੇ ਬੜੇ ਧਿਆਨ ਨਾਲ ਔਰ ਬਹੁਤ ਹੀ ਸੈਂਸਿਟਿਵ ਹੈਗਾ ਇਸ ਵੇਲੇ, ਕਿਉਂਕਿ ਉਹ ਜਿਸ ਤਰ੍ਹਾਂ ਉਹਨੇ ਸ਼ੇਅਰ ਕੀਤਾ ਇੰਝ ਲੱਗਦਾ ਕਿ ਉਹ ਬਿਲਕੁਲ ਤੁਹਾਡੀ ਗੱਲਾਂ 'ਤੇ, ਤੁਹਾਡੇ ਰਾਏ ਦੇ ਉੱਤੇ ਡਿਪੈਂਡ ਕਰੀਏ ਕਿ ਉਹ ਕੀ ਕਰੇਗੀ। 10-11 ਸਾਲ ਦਾ ਵਿਆਹ ਹੈਗਾ, ਦੋ ਬੱਚੇ ਹੈਗੇ ਹੈ, ਕਹਿ ਰਹੀ ਹੈ ਬੜੀ ਮੁਸ਼ਕਿਲ ਨਾਲ ਪਹਿਲਾ ਬੱਚਾ ਹੋਇਆ, ਬਹੁਤ ਕਰਦੇ ਰਹੇ, ਘੁੰਮਦੇ ਰਹੇ ਕਿ ਕਿੱਥੇ ਕੀ ਕਰੀਏ, ਪਹਿਲੇ ਇੰਡੀਆ ਟਰਾਈ ਕਰਦੇ ਰਹੇ ਬਿਕੋਜ਼ ਹਸਬੈਂਡ ਜਿਹੜਾ ਉਹ ਇੰਡੀਆ ਤੋਂ ਆਇਆ ਹੋਇਆ। ਸੋ ਜਦੋਂ ਇੱਥੋਂ ਫਿਰ ਕੀਤਾ ਤਾਂ ਫਾਈਨਲੀ 6-7 ਈਅਰਸ ਦੇ ਬਾਅਦ ਪਹਿਲਾ ਬੱਚਾ ਹੋਇਆ ਐਂਡ ਦੈਨ ਹੁਣ ਅਨਦਰ ਚਾਈਲਡ ਹੈਗਾ, ਦੋ ਲੜਕੇ ਨੇ ਛੋਟੇ। ਪਰ ਕਹਿੰਦੇ ਕਿ ਹਸਬੈਂਡ ਓਵਰਆਲ ਪੁੱਛੋ ਕਿਸ ਤਰ੍ਹਾਂ ਹੈ, ਚੰਗਾ ਹੈ, ਕੋਈ ਐਸੀ ਗੱਲ ਨਹੀਂ, ਪਰ ਇਨਡਿਫਰੈਂਟ ਜਿਹਾ, ਇੰਨਾ ਜ਼ਿਆਦਾ ਇਨਵੋਲਵ ਨਹੀਂ ਹੁੰਦਾ, ਆਪਣੀ ਦੁਨੀਆ ਦੇ ਵਿੱਚ ਥੋੜ੍ਹਾ ਜਿਹਾ ਰਹਿੰਦਾ। ਕੋਈ ਇਸ ਤਰ੍ਹਾਂ ਕੋਈ ਗਿਲੇ ਸ਼ਿਕਵੇ ਪਹਿਲੇ ਨਹੀਂ ਉਹਨੇ ਦਿੱਤੇ। ਬਟ ਰਾਈਟ ਨਾਓ ਜੋ ਇਸ਼ੂ ਇਹਨਾਂ ਨੂੰ ਹੈਗਾ ਉਹ ਬਹੁਤ ਹੀ ਦਰਦ ਦੇ ਰਿਹਾ। ਸ਼ੀ ਇਜ਼ ਆਲਮੋਸਟ ਸ਼ੋਰ ਕਿ ਉਹ ਇਹਦੇ ਹਸਬੈਂਡ ਅਤੇ ਇਹਦੀ ਭਾਬੀ, ਜਿਹੜੀ ਕਿ ਇਹਦਾ ਬ੍ਰਦਰ ਦਾ ਵਿਆਹ ਹੋਇਆ 2 ਸਾਲ ਪਹਿਲੇ, 8 ਮਹੀਨੇ ਪਹਿਲੇ ਇਹਦੀ ਵਾਈਫ ਆਈ ਹੈ, ਉਹਦੇ ਨਾਲ ਇਹਨਾਂ ਦੋਨਾਂ ਦਾ ਅਫੇਅਰ ਹੈਗਾ, ਮਤਲਬ ਇਹਦਾ ਹਸਬੈਂਡ ਅਤੇ ਇਹਦੀ ਭਾਬੀ। ਸ਼ੀ ਇਜ਼ ਮੇਰੇ ਕੋਲ ਵਰਡਸ ਵੀ ਪੂਰੇ ਇਨਫ ਨਹੀਂ ਹੋ ਰਹੇ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਐਕਸਪਲੇਨ ਕਰ ਰਹੀ ਹੈ ਐਂਡ ਕਹਿ ਰਹੀ ਹੈ ਕਿ ਮੈਂ ਜਦ ਦੀ ਆਈ ਹੈ, ਉਹ ਅਸੀਂ ਵਿਆਹ 'ਤੇ ਵੀ ਗਏ, ਸਾਰਾ ਕੁਛ ਹੋਇਆ, ਕਿ ਇੱਕ ਡਿਫਰੈਂਟ ਜਿਹਾ ਕਨੈਕਸ਼ਨ ਇਹਨਾਂ 'ਚ ਦਿਖਦਾ ਸੀ, ਪਰ ਮੈਂ ਇਗਨੋਰ ਕੀਤਾ। ਮੈਨੂੰ ਲੱਗਿਆ ਕਿ ਠੀਕ ਹੈ, ਇੱਕ ਮੇਰਾ ਛੋਟਾ ਭਰਾ ਹੈ ਅਤੇ ਇਹਨਾਂ ਦਾ ਵੀ ਛੋਟਾ ਭਰਾ ਹੈ ਔਰ ਛੋਟੀ ਇੱਕ ਤਰ੍ਹਾਂ ਨਾਲ ਨੂੰਹ ਕਰ ਲੈ ਕੇ ਆ ਰਹੇ ਹਾਂ, ਅਤੇ ਉਸ ਤਰ੍ਹਾਂ ਦਾ ਕਨੈਕਸ਼ਨ ਹੈਗਾ ਜਿਹੜਾ ਕਿ ਬਹੁਤ ਸ਼ੁਰੂਆਤ ਤੋਂ ਹੀ ਦਿਖਦਾ ਸੀ। ਫਿਰ 8 ਮਹੀਨੇ ਤੋਂ ਜਦੋਂ ਧੀ ਇੱਥੇ ਆ ਗਈ ਹੈ ਤਾਂ ਵੀ ਬਹੁਤ ਜ਼ਿਆਦਾ, ਕਿਉਂਕਿ ਪਹਿਲੇ 1.5 ਮਹੀਨਾ ਉਹ ਇਹਨਾਂ ਕੋਲ ਰਹੀ ਹੈ। ਬ੍ਰਦਰ ਸੇਮ ਟਾਊਨ 'ਚ ਰਹਿੰਦਾ ਹੈ ਬਟ ਉਹਦੇ ਕੋਲ ਕੁਝ ਸ਼ੇਅਰਿੰਗ ਵਿੱਚ ਕਰ ਰਿਹਾ ਸੀਗਾ ਕਿਸੇ। ਸੋ ਦੋਨੋਂ ਹਸਬੈਂਡ ਵਾਈਫ, ਮਤਲਬ ਇੱਦਾਂ ਦਾ ਬ੍ਰਦਰ ਅਤੇ ਭਾਬੀ, ਪਹਿਲੇ 1.5 ਮਹੀਨਾ ਇਹਨਾਂ ਕੋਲ ਰਹੇ ਐਂਡ ਫਿਰ ਆਪਣਾ ਅਪਾਰਟਮੈਂਟ ਲੈ ਲਿਆ ਕੋਲ ਹੀ। ਸੋ ਕਹਿੰਦੇ ਕਿ ਮਤਲਬ ਆਪਣੀ ਤਰ੍ਹਾਂ ਨਾਲ ਇੰਝ ਹੀ ਲੱਗ ਰਿਹਾ ਸੀ ਜਿਵੇਂ ਮੈਂ ਉਹਨਾਂ ਦੀ ਪੂਰੀ ਹੈਲਪ ਕਰਨਾ ਚਾਹੁੰਦੀ ਹਾਂ, ਮੇਰੇ ਹਸਬੈਂਡ ਵੀ ਪੂਰੀ ਤਰ੍ਹਾਂ ਹੈਲਪ ਕਰਨਾ ਚਾਹੁੰਦੇ ਆ, ਦੈਟਸ ਆਲ, ਹੋਰ ਮੇਰਾ ਧਿਆਨ ਕਿਤੇ ਨਹੀਂ ਗਿਆ। ਐਂਡ ਹੁਣ ਬਿਲਕੁਲ ਸ਼ੋਰ ਹੈ ਕਿਉਂਕਿ ਕੋਈ ਐਸੀ ਚੀਜ਼, ਕੋਈ ਪਹਿਲੇ ਤਾਂ ਓਵਰ ਦਾ ਟਾਈਮ ਸ਼ੇਅਰ ਕਰ ਰਹੀ ਹੈ ਕਿ ਕੋਈ ਮੌਕਾ ਉਹ ਕੁੜੀ ਨਹੀਂ ਗੁਆਉਂਦੀ ਸੀ ਕਿ ਉਹਨੂੰ ਸਰਵ ਨਾ ਕਰਨਾ ਹੋਏ, ਜਾਂ ਜਿਵੇਂ ਕੁਛ ਉਹਨੇ ਮੂੰਹ ਕੱਢਿਆ ਮੇਰੇ ਹਸਬੈਂਡ ਨੇ, ਅਤੇ ਮੇਰੇ ਤੋਂ ਪਹਿਲੇ ਉਹਨਾਂ ਨੇ ਪਹਿਲੇ ਉਹਨੂੰ ਦੇਣਾ, ਆਪਣੇ ਹਸਬੈਂਡ ਨੂੰ ਵੀ ਨਹੀਂ, ਮਤਲਬ ਇਹਨਾਂ ਦੇ ਬ੍ਰਦਰ ਨੂੰ ਵੀ ਨਹੀਂ ਦੇਖਣਾ, ਬਸ ਉਹਨਾਂ ਦਾ ਹੀ ਧਿਆਨ ਰੱਖਣਾ। ਐਂਡ ਸੇਮ ਇਹਨਾਂ ਦੇ ਹਸਬੈਂਡ ਵੀ। ਸੋ ਇਕੱਠੇ ਕਿਤੇ ਜਾਓ ਤਾਂ ਵੀ ਇੰਝ ਲੱਗਦਾ ਸੀ, ਪਰ ਅਸੀਂ ਕਹਿੰਦੀ ਮੈਨੂੰ ਨਹੀਂ ਪਤਾ ਕਿ ਮੈਨੂੰ ਲੱਗਦਾ ਤਾਂ ਸੀ, ਪਰ ਮੈਨੂੰ ਲੱਗਦਾ ਸੀ ਕਿ ਜੇ ਮੇਰੇ ਬ੍ਰਦਰ ਨੂੰ ਨਹੀਂ ਲੱਗ ਰਿਹਾ ਤਾਂ ਮੇ ਬੀ ਮੈਂ ਆਪਣਾ ਹਟਾ ਲੈਂਦੀ ਸੀ ਦਿਮਾਗ ਉੱਥੋਂ,
ਕਿਉਂਕਿ ਇਹੋ ਜਿਹੀ ਚੀਜ਼ ਸੋਚਣਾ ਵੀ ਮੇਰੇ ਵਾਸਤੇ ਗਲਤ ਸੀ। ਸੋ ਹੁਣ ਜੋ ਚੀਜ਼ਾਂ ਦੱਸ ਰਹੇ ਨੇ ਕਹਿਣਾ ਨਹੀਂ ਚਾਹੁੰਦੇ ਕਿਉਂਕਿ ਸਪੈਸੀਫਿਕ ਹੋ ਸਕਦੀਆਂ ਨੇ ਔਰ ਮੈਨੂੰ ਮੇਰੇ ਨਾਲ ਸ਼ੇਅਰ ਕੀਤੀਆਂ ਉਹਨਾਂ ਨੇ ਜਿਨ੍ਹਾਂ ਤੋਂ ਲੱਗਦਾ ਹੈ ਕਿ ਹਾਂ ਉਹ ਦੋਨੋਂ ਇਕੱਠੇ ਹੋ ਸਕਦੇ ਨੇ, ਇਕੱਠੇ ਹੋਣੇ ਹੈ। ਫਿਰ ਵੀ ਅਸੀਂ ਜ਼ਰੂਰ ਇਹ ਚੀਜ਼ ਯਾਦ ਕਰਾਉਂਦੇ ਹਾਂ ਸਾਰਿਆਂ ਨੂੰ ਕਿ ਆਈ ਰਿਮੈਂਬਰ ਮਾਈ ਡੈਡ ਯੂਜ਼ ਟੂ ਸੇ ਕਿ ਬਈ ਬਿਲਕੁਲ ਕੰਨੋਂ ਸੁਣੀ ਅਤੇ ਅੱਖਾਂ ਦੇਖੀ ਵੀ ਕਈ ਵਾਰੀ ਝੂਠੀ ਹੋ ਜਾਂਦੀ ਹੈ। ਸੋ ਉਹ ਬੈਨੀਫਿਟ ਆਫ ਡਾਊਟ ਥੋੜ੍ਹਾ ਜਿਹਾ ਜ਼ਰੂਰ ਰਹਿੰਦਾ ਹੈ, ਬਟ ਸਟਿਲ ਕਾਫੀ ਚੀਜ਼ਾਂ ਇਹਨਾਂ ਦੇ ਸਾਹਮਣੇ ਨੇ ਕਿ ਇੱਕ ਵਾਰੀ ਇਹ ਜਿਹੜਾ ਇਹਨਾਂ ਦਾ ਬ੍ਰਦਰ ਹੈ ਉਹ ਟਰੈਵਲਿੰਗ ਜੋਬ ਕਰਦਾ ਹੈ, ਸੋ ਉਹ ਚਲਾ ਗਿਆ ਹੁੰਦਾ ਹੈ ਬੜੀ ਵਾਰੀ। ਸੋ ਇਹ ਜਦੋਂ ਘਰ ਹੋਣ ਹਸਬੈਂਡ ਆਉਂਦਾ ਹੈ ਤਾਂ ਉਹ ਉਸੇ ਵੇਲੇ ਕਿਉਂਕਿ ਉਹਨੂੰ ਪਤਾ ਹੁੰਦਾ, ਸੋ ਦ ਵੇ ਦੇਅਰ ਟੈਕਸਟ ਇਜ਼ ਗੋਇੰਗ ਔਨ ਇਜ਼ ਉਹਦੇ ਹਿਸਾਬ ਨਾਲ ਕਿ ਬਹੁਤ ਅਜੀਬ ਹੈ, ਕਿਉਂਕਿ ਇੱਕਦਮ ਜੇ ਉਹਨੂੰ ਪਤਾ ਤਾਂ ਉਹਨੂੰ ਪਹਿਲੇ ਪਤਾ ਹੁੰਦਾ, ਸੋ ਦੇ ਆਰ ਆਲਵੇਜ਼ ਔਨ ਟੈਕਸਟ। ਸੋ ਉਹ ਘਰ ਅਗਰ ਇਨ ਬਿਟਵੀਨ ਆ ਗਿਆ ਕਿਉਂਕਿ ਇਹ ਇਸ ਵੇਲੇ ਜੋਬ ਨਹੀਂ ਕਰ ਰਹੇ, ਪਹਿਲੇ ਕਹਿੰਦੇ ਨੇ ਕਿ ਮੈਂ ਜੋਬ ਕਰਦੀ ਸੀ, ਫਿਰ ਸੈਕਿੰਡ ਬੱਚੇ ਤੋਂ ਬਾਅਦ ਇਹ ਹਾਲੇ ਜੋਬ ਨਹੀਂ ਕਰ ਰਹੇ। ਸੋ ਹਸਬੈਂਡ ਅਗਰ ਵਿੱਚ ਕਦੀ ਘਰ ਆ ਜਾਣ ਜਿਹੜਾ ਕਿ ਬਿਲਕੁਲ ਸਰਪ੍ਰਾਈਜ਼ ਹੈਗਾ ਹੈ, ਕੋਈ ਐਸਾ ਨਹੀਂ, ਤਾਂ ਉਹ ਨਾਲ ਹੀ ਆ ਜਾਂਦੀ ਹੈ, ਉਹਨੂੰ ਪਹਿਲਾਂ ਹੀ ਪਤਾ ਹੁੰਦਾ ਔਰ ਦੇ ਸ਼ੋ ਕਿ ਇਟ ਇਜ਼ ਅ ਕੋਇੰਸੀਡੈਂਟ ਐਂਡ ਇਕੱਠੇ ਬਾਹਰ ਰਹਿੰਦੇ ਨੇ। ਔਰ ਪਿੱਛੇ ਜਿਹੜਾ ਬਹੁਤ ਸ਼ਿਓਰ ਜਿਹਨਾਂ ਦਾ ਕਰਕੇ ਹੈ ਕਿ ਦੋਨੋਂ ਘਰ ਨਹੀਂ ਸੀਗੇ, ਟਾਊਨ 'ਚ ਨਹੀਂ ਸੀਗੇ, ਐਂਡ ਇਹਨਾਂ ਨੂੰ ਬਿਲਸ ਮਿਲੇ ਨੇ, ਪਰਚੀ ਮਿਲੀ ਹੈ, ਰਸੀਦ ਮਿਲੀ ਹੈ, ਮਤਲਬ ਜਿਹਦੇ ਵਿੱਚ ਉਹ ਦੋਨੋਂ ਇਕੱਠੇ ਹੈਗੇ ਸੀ ਬਾਹਰ ਆਊਟ ਆਫ ਟਾਊਨ, ਐਂਡ ਕਿਸੇ ਨੂੰ ਦੱਸਿਆ ਨਹੀਂ, ਦੋਨੋਂ ਘਰ ਦੇ ਬੰਦਿਆਂ ਨੂੰ ਝੂਠ ਬੋਲ ਰਹੇ ਸੀ। ਸੋ ਇਸ ਤਰ੍ਹਾਂ ਦੇ ਕੁਛ ਚੀਜ਼ਾਂ ਹੈਗੀਆਂ, ਬਟ ਪੁੱਛ ਰਹੇ ਨੇ ਕਿ ਕਰਾਂ ਕੀ ਹੁਣ, ਆਪਣਾ ਘਰ ਤਾਂ ਜਾਏਗਾ ਹੀ ਜਾਏਗਾ, ਅਗਰ ਮੈਂ ਉਹ ਕਰਦੀ ਹਾਂ ਤਾਂ ਭਰਾ ਦਾ ਵੀ ਗਿਆ। ਅੱਛਾ, ਉਸ ਕੁੜੀ ਦਾ ਵੀ ਬੇਬੀ ਹੈਗਾ, ਉਹ ਇੰਡੀਆ ਤੋਂ ਜਦੋਂ ਆਈ ਸੀ 8 ਮਹੀਨੇ ਪਹਿਲੇ ਤਾਂ ਹੀ ਸ਼ੀ ਵਾਜ਼ ਕੈਰਿੰਗ ਅ ਬੇਬੀ, ਪ੍ਰੈਗਨੈਂਟ ਸੀਗੀ, ਐਂਡ ਨਾਓ ਸ਼ੀ ਆਲਰੇਡੀ ਹੈਜ਼ ਫਿਊ ਮੰਥਸ ਓਲਡ ਬੇਬੀ। ਸੋ ਇਟਸ ਕਾਇੰਡ ਆਫ ਰੀਅਲੀ ਔਡ, ਦਿਲ ਤਾਂ ਇਹੀ ਕਰਦਾ ਕਿ ਨਾ ਬਿਲੀਵ ਹੋਏ ਇਸ ਚੀਜ਼ 'ਤੇ ਕਿ ਕੋਈ ਗਲਤੀ ਲੱਗ ਰਹੀ ਹੋਏ। ਐਂਡ ਉਹ ਇਹਨਾਂ ਨੇ ਵੀ ਕਿਹਾ ਕਿਉਂਕਿ ਫੋਨ 'ਤੇ ਗੱਲ ਹੋਈ ਹੈ ਅਤੇ ਕਹਿੰਦੇ ਨੇ ਕਿ ਮੇਰਾ ਵੀ ਇਹੀ ਹੁੰਦਾ ਹੈ ਕਿ ਇਹ ਨਾ ਹੋਏ, ਮੈਨੂੰ ਗਲਤ ਹੀ ਲੱਗ ਰਿਹਾ, ਮੈਨੂੰ ਗਲਤ ਪਰੂਫ ਕਰਨਾ ਹੈ, ਬਟ ਉਹ ਹੋ ਨਹੀਂ ਰਿਹਾ। ਮੈਂ ਡਿਨਾਇਲ 'ਚ ਕਾਫੀ ਦੇਰ ਦੀ ਰਹੀ ਹਾਂ, ਬੜਾ ਕਲੀਅਰ ਸੀਗਾ, ਔਰ 2 ਸਾਲਾਂ ਤੋਂ ਜਦ ਤੋਂ ਰਿਸ਼ਤਾ ਹੋਇਆ ਤਾਂ ਤੋਂ ਹੀ ਇੰਝ ਲੱਗ ਰਿਹਾ ਕਿ ਦੇਵਰ ਟੂਗੈਦਰ, ਬਟ ਬੜੇ ਸਾਰੇ ਸਾਈਨਸ ਹੈ ਜਿਹੜੇ ਕਿ ਮੈਂ ਇਗਨੋਰ ਕਰਦੀ ਕਰਦੀ ਇੱਥੇ ਪਹੁੰਚੀ ਹਾਂ। ਸੋ ਕੀ ਕਹਿੰਦੇ ਹੋ ਇਹਨਾਂ ਨੂੰ, ਇਹਨਾਂ ਨੂੰ ਕੀ ਕਰਨਾ ਚਾਹੀਦਾ ਇਸ ਵੇਲੇ? ਕਹਿੰਦੇ ਨੇ ਕਿ ਅਗਰ ਮੈਂ ਇਸ ਰਿਸ਼ਤੇ ਨੂੰ ਖਤਮ ਕਰ ਦਿੰਦੀ ਹਾਂ ਤਾਂ ਇੱਕ ਰਿਸ਼ਤਾ ਤਾਂ ਖਤਮ ਹੋਣ ਨਹੀਂ ਵਾਲਾ, ਦੋਨੋਂ ਹੋਣਗੇ। ਔਰ ਹਾਂ, ਔਰ ਮੈਂ ਇਹਨਾਂ ਨੂੰ ਇਹ ਵੀ ਪੁੱਛਿਆ ਕਿ ਇਹਨਾਂ ਦੇ ਹਸਬੈਂਡ ਨੇ ਕਦੀ ਪਹਿਲੇ ਵੀ ਇਸ ਤਰ੍ਹਾਂ ਦਾ ਕਦੀ ਯੂ ਨੋ ਬਿਹੇਵੀਅਰ ਪੈਟਰਨ ਹੈਗਾ ਕੋਈ ਲਾਈਫ ਦੇ ਵਿੱਚ? ਜਿਵੇਂ ਹੁੰਦਾ ਨਾ, ਕਈ ਜ਼ਿਆਦਾ ਹੀ ਦਿਲਫੇਂਕ ਹੈਗੇ ਨੇ, ਕਦੀ ਕਿਸੇ ਨਾਲ ਬਹੁਤ ਕਲੋਜ਼ ਹੋ ਜਾਂਦੇ ਨੇ ਕਿਸੇ ਆਪੋਜ਼ਿਟ ਸੈਕਸ ਕੁੜੀ ਲੇਡੀ ਨਾਲ। ਕਹਿੰਦੀ ਕਦੀ ਵੀ ਨਹੀਂ, ਬਹੁਤ ਹੀ ਚੁੱਪਚਾਪ ਜਿਹਾ ਬੰਦਾ ਹੈ ਔਰ ਕੋਈ ਇਨਵੋਲਵਮੈਂਟ ਨਹੀਂ ਕਰਦਾ ਜ਼ਿਆਦਾ ਬੱਚਿਆਂ ਨਾਲ। ਠੀਕ ਹੈ, ਪ੍ਰੋਵਾਈਡਰ ਹੈਗਾ ਹੈ, ਜੋ ਕਰਦੇ ਹਾਂ, ਬਟ ਆਪਣਾ ਇੱਕ ਡਿਫਰੈਂਟ ਜਿਹਾ ਉਹਦਾ ਤਰੀਕਾ ਹੈਗਾ, ਬਹੁਤ ਜ਼ਿਆਦਾ ਇਨਵੋਲਵ ਨਹੀਂ ਹੁੰਦਾ, ਸੋ ਕੁਆਇਟਰ ਬੰਦਾ ਹੈਗਾ। ਸੋ ਐਸਾ ਕਦੀ ਮੈਨੂੰ ਪਹਿਲੇ ਕੋਈ ਵੀ ਐਸਾ ਚਾਂਸ ਨਹੀਂ ਮਿਲਿਆ ਕਿ ਹਾਂ ਕਿਸੇ ਹੋਰ ਲੇਡੀ ਨਾਲ ਹੈ, ਯੂ ਨੋ ਇਸ ਤਰ੍ਹਾਂ ਦੀ ਪਰਸਨੈਲਿਟੀ ਨਹੀਂ ਹੈ। ਸੋ ਕੀ ਕਹਿੰਦੇ ਹੋ ਇਹਨਾਂ ਨੂੰ, ਪਲੀਜ਼ ਜ਼ਰੂਰ ਕਾਲ ਕਰਕੇ ਦੱਸੋ, ਬਿਕੋਜ਼ ਸ਼ੀ ਇਜ਼ ਰੀਅਲੀ ਕਾਊਂਟਿੰਗ ਔਨ ਯੋਰ ਐਡਵਾਈਸ। ਐਸੇ ਟਾਈਮ 'ਤੇ ਬੜਾ ਪ੍ਰੈਸ਼ਰ ਲੱਗਦਾ ਮੈਨੂੰ ਗੱਲਬਾਤ ਦੇ ਉੱਤੇ, ਕਿ ਜਦੋਂ ਇਮੀਡੀਏਟਲੀ ਕੋਈ ਆਪਣੀ ਸਿਚੁਏਸ਼ਨ ਸ਼ੇਅਰ ਕਰਦਾ ਔਰ ਸੋਚਦਾ ਕਿ ਇੱਥੋਂ ਜ਼ਰੂਰ ਆਨਸਰ ਮਿਲੇਗਾ, ਅਤੇ ਇੱਕ ਪ੍ਰੈਸ਼ਰ ਮਹਿਸੂਸ ਕਰਦੀ ਹਾਂ ਮੈਂ। ਬਟ ਆਈ ਐਮ ਸ਼ੋਰ ਕਿ ਤੁਸੀਂ ਇਸ ਚੀਜ਼ ਦੇ ਕਾਬਿਲ ਹੋ, ਏਬਲ ਹੋ, ਕਿ ਤੁਸੀਂ ਇਸ ਬੱਚੀ ਨੂੰ ਕਾਫੀ ਆਰਾਮ ਨਾਲ ਸਲਾਹ ਦਿਓਗੇ, ਕਿਉਂਕਿ ਇਹ ਟਾਈਮ ਰਸ਼ ਕਰਨ ਦਾ ਨਹੀਂ ਹੈ, ਸੋਚ ਸਮਝ ਕੇ ਕੁਛ ਡਿਸੀਜਨ ਲੈਣ ਦਾ ਹੈ। ਔਰ ਕੀ ਤੁਸੀਂ ਇਹਨਾਂ ਨੂੰ ਸੁਜੈਸਟ ਕਰਦੇ ਹੋ, ਜ਼ਰੂਰ ਸ਼ੇਅਰ ਕਰੋ, ਕੋਈ ਹੋਰ ਵੀ ਕੁਛ ਐਕਸਪੀਰੀਅੰਸਿਸ ਵੀ ਸ਼ੇਅਰ ਅਗਰ ਕਰ ਸਕੋ, ਕਿਉਂਕਿ ਬੜੀ ਵਾਰੀ ਇਟ ਇਜ਼ ਜਿਵੇਂ ਸ਼ੇਅਰਿੰਗ ਦੇ ਨਾਲ ਕਿ ਹਾਂ ਇਸ ਤਰ੍ਹਾਂ ਹੋਇਆ ਸੀ ਔਰ ਫਿਰ ਕੀ ਠੀਕ ਹੋ ਗਿਆ ਨਹੀਂ ਹੋਇਆ ਜਾਂ ਕੁਛ, ਇਟ ਇਜ਼ ਦੈਟ ਆਲਸੋ ਹੈਲਪਸ। ਸੋ ਇੰਝ ਕਰਦੇ ਹਾਂ, ਤੁਸੀਂ ਸੋਚ ਕੇ ਰੱਖੋ ਕੀ ਕਹਿਣਾ ਚਾਹੁੰਦੇ ਹੋ। ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੀ ਹਾਂ।